ਅੱਜ ਪੀਐਮ ਮੋਦੀ ਜੀ ਇੱਥੇ ਪਟਿਆਲੇ ਅੱਜ ਪਹੁੰਚ ਰਹੇ ਨੇ ਅਤੇ ਲੋਕਾਂ ਦਾ ਕਾਫੀ ਭਾਰੀ ਇਕੱਠ ਇੱਥੇ ਦੇਖਣ ਨੂੰ ਮਿਲ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਾਫੀ ਤੈਨਾਤ ਨਾਲ ਲੋਕ ਇੱਥੇ ਬਹੁਤ ਜੁੜੇ ਹੋਏ ਨੇ। ਅੱਜ ਦੇਖਣਾ ਇਹ ਹੈ ਕਿ ਪੀਐਮ ਮੋਦੀ ਜੀ ਅੱਜ ਇੱਥੇ ਪਟਿਆਲੇ ਕੀ ਐਲਾਨ ਕਰਕੇ ਜਾਂਦੇ ਨੇ ਕਿ ਉਹ ਆਪਣੇ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਉਹ ਦੇ ਕੇ ਜਾਣਗੇ। ਤੁਸੀਂ ਦੇਖ ਸਕਦੇ ਹੋ ਇੱਥੇ ਪੋਲੀ ਗਰਾਊਂਡ ਦੇ ਵਿੱਚ ਆਪਣੇ ਪੰਜਾਬ ਦੇ ਲੋਕ ਘੱਟ ਹੀ ਦੇਖਣ ਨੂੰ ਮਿਲ ਰਹੇ ਨੇ, ਬਲਕਿ ਬਾਹਰਲੀ ਸਟੇਟਾਂ ਦੇ ਲੋਕ ਜ਼ਿਆਦਾ ਤੁਹਾਨੂੰ ਦੇਖਣ ਨੂੰ ਮਿਲਣਗੇ। ਇੱਥੇ ਬਾਹਰਲੀ ਸਟੇਟਾਂ ਦਾ ਜ਼ਿਆਦਾ ਇਕੱਠ ਹੈ। ਜੋ ਪ੍ਰਸ਼ਾਸਨ ਹੈ, ਪੰਜਾਬ ਦਾ ਪ੍ਰਸ਼ਾਸਨ ਹੈ, ਬਾਹਰੋਂ ਲਿਆਂਦੀ ਹੋਈ ਫੋਰਸ ਹੈ, ਪੂਰੀ ਤੈਨਾਤ ਕੀਤੀ ਗਈ ਹੈ ਜਗ੍ਹਾ ਜਗ੍ਹਾ 'ਤੇ, ਅਤੇ ਪੁਲਿਸ ਤੈਨਾਤ ਕੀਤੀ ਗਈ ਹੈ। ਇਹ ਕਿਸੇ ਦੀ ਇੱਥੋਂ ਤੱਕ ਦੀ ਕਿ ਕਿਸੇ ਦੀ ਵੀ ਐਂਟਰੀ ਫਾਲਤੂ ਇੱਥੇ ਹੋਣ ਨਹੀਂ ਦੇ ਰਹੇ ਹੈ। ਇੱਥੋਂ ਤੱਕ ਕਿ ਇਹ ਮੀਡੀਆ ਦੀ ਐਂਟਰੀ ਵੀ ਨਹੀਂ ਹੋਣ ਦੇ ਰਹੇ। ਮੋਦੀ ਦੀ ਖਰੀਦੀ ਹੋਈ ਜੋ ਮੀਡੀਆ ਹੈ ਉਹੀ ਇੱਥੇ ਅੰਦਰ ਜਾ ਸਕਦੀ ਹੈ, ਹੋਰ ਮੀਡੀਆ ਨੂੰ ਅੰਦਰ ਐਂਟਰੀ ਹੋਣ ਨਹੀਂ ਦੇ ਰਹੇ। ਬਾਹਰਲੇ ਸਟੇਟਾਂ ਤੋਂ ਹੀ ਇੱਥੇ ਲੋਕਾਂ ਦਾ ਇਕੱਠ ਦਿਖਾਇਆ ਗਿਆ। ਔਰ ਉਹ ਮੈਸੇਜ ਕੀ ਹੈ? ਪਹਿਲਾ ਮੈਸੇਜ ਹੈ ਕਿ ਪੰਜਾਬ
ਅਰਵਿੰਦ ਖੰਨਾ ਜੀ, ਫਤਿਹਗੜ੍ਹ ਸਾਹਿਬ ਤੋਂ ਕੈਂਡੀਡੇਟ ਕੇਜਾ ਰਾਮ ਵਾਲਮੀਕੀ ਜੀ, ਔਰ ਮੇਰੀ ਬੇਟੀ ਸਮਾਨ ਕੈਂਡੀਡੇਟ ਬਠਿੰਡੇ ਤੋਂ ਪਰਮਪਾਲ ਕੌਰ ਜੀ। ਪਹਿਲੇ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਵੇਰ ਤੋਂ ਇਸ ਤਪਦੀ ਧੁੱਪ ਦੇ ਵਿੱਚ ਅੱਜ ਔਖਾ ਸਮਾਂ ਕੱਢ ਕੇ ਤੁਸੀਂ ਆਏ, ਔਰ ਮੇਰੀ ਜਿਹੜੀ ਹਿੰਮਤ ਹੈ, ਮੇਰਾ ਜਿਹੜਾ ਮਨੋਬਲ ਹੈ ਬਹੁਤ ਬੜਾਇਆ। ਇੱਕ ਇੱਕ ਦਾ ਧੰਨਵਾਦ, ਧੰਨਵਾਦ ਬੀਜੇਪੀ ਪਾਰਟੀ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦਿੱਤਾ, ਜਿਹੜੀ ਲੀਡਰਸ਼ਿਪ ਨੇ ਮੈਨੂੰ ਹੌਸਲਾ ਦਿੱਤਾ, ਜਿਹੜੇ ਸਟੇਜ 'ਤੇ ਬੈਠੇ ਨੇ ਮੇਰੇ ਸਨਮਾਨ ਯੋਗ ਸਾਰੇ ਲੀਡਰ, ਔਰ ਉਹਨਾਂ ਤੋਂ ਜ਼ਿਆਦਾ ਸਨਮਾਨ ਯੋਗ ਜਿਹੜੇ ਮੇਰੇ ਸਾਹਮਣੇ ਬੈਠੇ ਨੇ। ਕਈ ਲੋਕ ਤੁਸੀਂ ਸਟੇਜ 'ਤੇ ਨਹੀਂ ਆ ਸਕੇ, ਪਰ ਮੈਨੂੰ ਪਤਾ ਹੈ ਕਿ ਤੁਸੀਂ ਕਿੰਨਾ ਕੰਮ